ਕੜਾਕੇ ਦੀ ਠੰਡ ਨੇ ਮਾਰਿਆ ਰਿਕਸ਼ਾ ਚਾਲਕਾਂ ਦਾ ਰੋਜ਼ਗਾਰ। ਕਾਫੀ ਵੱਡੀ ਉਮਰ ਦੇ ਕਈ ਬਜ਼ੁਰਗ ਵੀ ਨੇ ਜਿਹੜੇ ਕਿ ਰਿਕਸ਼ਾ ਲੈ ਕੇ ਘਰੋਂ ਨਿਕਲਦੇ ਨੇ ਰੋਜ਼ੀ ਰੋਟੀ ਦੇ ਲਈ, ਪਰ ਸਵਾਰੀਆਂ ਵਗੈਰਾ ਨਹੀਂ ਮਿਲਦੀਆਂ, ਦਿੱਕਤਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ। ਬਿਨਾਂ ਕੰਮ ਤੋਂ ਖਾਲੀ ਹੱਥ ਜਾਣਾ ਪੈਂਦਾ ਹੈ ਵਾਪਿਸ। ਹੁਣ ਅਸੀਂ ਆਏ 9 ਵਜੇ ਤੇ ਹੁਣ ਵੇਖ ਲਓ ਵੀ ਕੀ ਟਾਈਮ ਹੋ ਗਿਆ, ਹਜੇ ਬਹੁਣੀ ਹੋਈ ਨੀ। ਰਿਕਸ਼ੇ ਦੀ ਬਜਾਏ ਲੋਕ ਆਟੋ 'ਚ ਜਾਣਾ ਕਰਦੇ ਨੇ ਪਸੰਦ। 20 ਰੁਪਏ। ਬਾਕੀ ਗਰਮੀ ਦੇ ਵਿੱਚ 200-300 ਬੰਦਾ ਕਮਾਈ ਲੈਂਦਾ, ਇਹ ਠੰਡ ਦਾ ਜਿਹੜਾ 2 ਮਹੀਨੇ ਜਿਹੜੇ ਆਏ ਇਹ ਬੜੀ ਮੁਸ਼ਕਲ ਦਾ ਕੰਮ। ਬਠਿੰਡਾ ਵਿੱਚ ਹੱਡ ਚੀਰਵੀਂ ਸਰਦੀ ਪੈ ਰਹੀ ਹੈ ਅਤੇ ਪਾਰਾ 5 ਡਿਗਰੀ ਤੋਂ ਵੀ ਥੱਲੇ ਲੁਟਕਿਆ ਹੋਇਆ ਹੈ। ਐਸੇ ਦੇ ਵਿੱਚ ਹਰ ਕੋਈ ਘਰਾਂ ਦੇ ਵਿੱਚ ਬੈਠਾ ਹੈ, ਬਿਨਾਂ ਕੰਮ ਕਾਜ ਤੋਂ ਘਰੋਂ ਬਾਹਰ ਨਹੀਂ ਨਿਕਲ ਰਹੇ, ਪਰ ਜਿਹੜੇ ਨਿਕਲ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਖਾਸ ਤੌਰ 'ਤੇ ਜਿਹੜੇ ਰਿਕਸ਼ਾ ਚਲਾਉਣ ਵਾਲੇ ਲੋਕ ਨੇ ਉਹ ਕਿਤੇ ਨਾ ਕਿਤੇ ਸੁਬਾਹ ਕੰਮ ਕਾਜ ਵਾਸਤੇ ਰਿਕਸ਼ੇ ਲੈ ਕੇ ਪਹੁੰਚਦੇ ਨੇ, ਪਰ ਖਾਲੀ ਹੱਥ ਉਹਨਾਂ ਨੂੰ ਪਹੁੰਚਣਾ ਪੈਂਦਾ। ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਰਿਕਸ਼ਾ ਪੂਲਰ ਨੇ, ਰਿਕਸ਼ਾ ਚਲਾਉਣ ਵਾਲੇ ਲੋਕ ਨੇ ਉਹ ਕਿਤੇ ਨਾ ਕਿਤੇ ਜ਼ਿਆਦਾ ਪਰੇਸ਼ਾਨ ਨੇ। ਕਾਫੀ ਵੱਡੀ ਉਮਰ ਦੇ ਕਈ ਬਜ਼ੁਰਗ ਵੀ ਨੇ ਜਿਹੜੇ ਕਿ ਰਿਕਸ਼ਾ ਲੈ ਕੇ ਘਰੋਂ ਨਿਕਲਦੇ ਨੇ ਰੋਜ਼ੀ ਰੋਟੀ ਦੇ ਲਈ, ਪਰ ਸਵਾਰੀਆਂ ਵਗੈਰਾ ਨਹੀਂ ਮਿਲਦੀਆਂ, ਦਿੱਕਤਾਂ ਦੇ ਨਾਲ 2-4 ਹੋਣਾ ਪੈਂਦਾ, ਕਿਉਂਕਿ ਪਾਪੀ ਪੇਟ ਦੇ ਲਈ, ਰੁਜ਼ਗਾਰ ਦੇ ਲਈ ਘਰੋਂ ਬਾਹਰ ਨਿਕਲਣਾ ਪੈਂਦਾ। ਤਾਂ ਕਰਕੇ ਕੁਛ ਰਿਕਸ਼ਾ ਚਾਲਕ ਨੇ ਜਿਹੜੇ ਆਪਦੀਆਂ ਕਹਾਣੀਆਂ ਦੱਸਦੇ ਨੇ ਕਿ ਆਖਿਰਕਾਰ ਕਿੰਨਾ ਦਿੱਕਤਾਂ ਕਰਕੇ ਰਿਕਸ਼ਾ ਚਲਾਉਂਦੇ ਨੇ। ਇੱਕ ਬਜ਼ੁਰਗ ਮੇਰੇ ਨਾਲ ਨੇ, ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ? ਦਿੱਕਤ ਕਿੰਨੀ ਆ ਰਹੀ ਆ? ਠੰਡ ਬਹੁਤ ਵੱਧ ਗਈ ਹੈ, ਸਵਾਰੀਆਂ ਦਾ ਫਿਰ ਮੰਦਾ ਹੋਊਗਾ ਬੈਠੇ? ਸਵਾਰੀਆਂ ਮੰਦਾ ਹੈਗਾ ਜੀ। ਹੁਣ ਅਸੀਂ ਆਏ 9 ਵਜੇ ਤੇ ਹੁਣ ਵੇਖ ਲਓ ਵੀ ਕੀ ਟਾਈਮ ਹੋ ਗਿਆ, ਹਜੇ ਬਹੁਣੀ ਹੋਈ ਨੀ। ਮੁਸ਼ਕਲ ਕਿੰਨੀ ਹੁੰਦੀ ਹੈ ਫਿਰ ਰਿਕਸ਼ਾ ਕਿਰਾਏ ਤੇ? ਕਿੰਨੇ ਪੈਸੇ ਦਿੰਦੇ ਹੋ ਰੋਜ਼ ਦੇ ਕਿਰਾਏ ਦੇ? ਰਿਕਸ਼ਾ ਪੁਰਾਣਾ ਲਿਆ ਵਿਆ ਜੀ, ਪੁਰਾਣਾ ਕੋਈ ਲਿਆ ਵਿਆ, ਟੁੱਟੇ ਭੱਜੇ ਜਿਹਾ, ਟਾਈਮ ਪਾਸ ਕਰੋ। ਬਈ ਦਿੱਕਤ ਕਿੰਨੀ ਹੁੰਦੀ ਹੈ, ਕਿੰਨਾ ਕਿਰਾਇਆ ਦਿੰਦੇ ਰਿਕਸ਼ੇ ਦਾ, ਫਿਰ ਕਿਵੇਂ ਮੈਨੇਜ ਕਰਦੇ ਨੇ ਠੰਡ ਦੇ ਵਿੱਚ? 50 ਰੁਪਏ ਕਿਰਾਇਆ। ਅੱਛਾ, ਰੋਜ਼ ਦਾ ਇਹ ਕਿਰਾਇਆ? ਇਹ 50 ਰੁਪਏ ਨਾ ਦੀਏ ਤੇ ਫਿਰ ਰਿਕਸ਼ੇ ਖੋਲ ਲੈਂਦੇ ਸਵੇ ਅੰਨੇ 6-7 ਵਜੇ ਕਈ ਹੁਣ ਸਾਰੀ ਬੈਠੇ ਆ, ਹੁਣ 50 ਰੁਪਏ ਦੋਵਾਂ ਫੇਰ ਗੱਡੀ ਚਲਾਵਾਂਗੇ। ਠੰਡ ਦਾ ਅਸਰ ਕਿੰਨਾ ਪੈ ਗਿਆ ਤੁਹਾਡੇ ਕੰਮ ਕਾਜ ਤੇ? ਅੱਗੇ ਸਵਾਰੀਆਂ ਕਿੰਨੀਆਂ ਮਿਲਦੀਆਂ, ਹੁਣ ਕਿੰਨੀਆਂ ਘੱਟ ਗਈਆਂ ਸਵਾਰੀਆਂ? ਬਹੁਤ ਘੱਟ ਗਈਆਂ ਜੀ, ਬਹੁਤ ਘੱਟ ਗਈਆਂ ਸਵਾਰੀਆਂ। ਸਾਨੂੰ 20 ਰੁਪਏ ਵੀ ਦਿੰਦੇ ਔਖੇ ਹੁੰਦੇ ਜੀ, ਸਵਾਰੀ ਕਹਿੰਦੀ 10 ਰੁਪਏ, ਅਸੀਂ ਮੰਗਦੇ 20 ਰੁਪਏ ਜੀ। ਠੀਕ ਜੀ, ਬੱਸ ਅੱਡੇ ਸਟੇਸ਼ਨ ਜਾਈਏ, ਟੈਂਪੂ ਆਟੋ ਵਾਲੇ ਕਿਹਾ ਬੈਟਰੀਆਂ ਚੱਲਿਆ ਜੀ, ਇਹਨਾਂ ਨੇ ਲੇਟ ਪਿਆ ਕਰਦੇ ਸਾਡੀ ਸਾਰੀ ਰੋਟੀ, ਇਹਨਾਂ ਨੇ ਮਾਰੀ ਹੋਊਗੀ। ਰੋਟੀ ਦਾ ਜੁਗਾੜ ਔਖਾ ਕਿੰਨਾ ਹੋ ਗਿਆ ਇੰਨੀ ਠੰਡ ਦੇ ਵਿੱਚ, ਜਦੋਂ 2 ਰੁਪਏ ਜੇਬ 'ਚ ਨਾ ਹੋਣਗੇ ਜਵਾਕ ਮੰਗਦੇ ਹੋਣਗੇ ਪੈਸੇ ਘਰੇ ਕਿਆ ਤੋਂ? ਹਾਂ ਜੀ, ਉਹ ਤਾਂ ਮੰਗਦੇ ਜਵਾਕ ਜੀ, ਅੱਜ ਜਵਾਕਾਂ ਨੂੰ ਕੀ ਕਹੀਏ, ਹਾਂ ਅੱਜ ਇੰਨੇ ਬਣੇ ਬੇਟੇ, 100 ਵੀ ਬਣ ਜਾਂਦਾ, ਕਦੇ 50 ਬਣ ਜਾਂਦਾ, ਕਦੇ 150 ਰੁਪਏ ਬਣਦਾ ਜੀ, 50 ਰੁਪਏ ਕਿਰਾਇਆ ਦੇਣਾ ਜੀ।
ਬਿਲਕੁਲ ਦਿੱਕਤਾਂ ਨੇ, ਦਿੱਕਤਾਂ ਦੇ ਨਾਲ ਦੋ ਚਾਰ ਹੋ ਰਹੇ ਨੇ, ਰਿਕਸ਼ਾ ਪੂਲਰ ਨੇ ਆਪਦੀਆਂ ਦਿੱਕਤਾਂ ਦੱਸ ਰਹੇ। ਬਾਈ ਜੀ ਦਿੱਕਤ ਕਿੰਨੀ ਆਉਂਦੀ ਹੈ, ਇੱਕ ਪਾਸੇ ਠੰਡ ਦੇ ਵਿੱਚੋਂ ਘਰੋਂ ਬਾਹਰ ਨਿਕਲਣਾ, ਉਹ ਵੀ ਆਪਦੇ 'ਚ ਬਹੁਤ ਵੱਡੀ ਬਹਾਦਰੀ ਵਾਲਾ ਕੰਮ ਹੈ, ਪ੍ਰੋਪਰ ਰੁਜ਼ਗਾਰ ਨਾ ਮਿਲੇ। ਫਿਰ ਦਿੱਕਤ ਜੀ ਰਿਕਸ਼ੇ ਵਾਸਤੇ ਤਾਂ, ਜਿਹੜੇ ਰਿਕਸ਼ਾ ਚਾਲਕ ਹੈ ਇਹਨਾਂ ਵਾਸਤੇ 50% ਦਿੱਕਤ ਹੈਗੀ, ਕਿਉਂਕਿ ਇੱਥੇ ਅਜੇ ਇਲੈਕਟ੍ਰੀਕਲ ਜਿਹੜੀ ਸਾਧਨ ਚੱਲਿਆ ਬਿਜਲੀ ਵਾਲੇ ਬੈਟਰੀ ਵਾਲੇ, ਉਹਨਾਂ ਨੇ ਆ ਕੇ ਰਿਕਸ਼ੇ 'ਤੇ ਪੂਰਾ ਅਸਰ ਪਾਇਆ, ਕਿਉਂਕਿ ਜਿਹੜੀ ਉਹ ਸਵਾਰੀ 10 ਰੁਪਏ 'ਚ ਲੈ ਕੇ ਜਾਂਦੇ ਆ, ਅਤੇ ਅਸੀਂ ਇਕੱਲੀ ਸਵਾਰੀ ਬਿਠਾਉਂਦੇ ਹਾਂ ਉਹ 4 ਲੈ ਜਾਂਦੇ ਆ, ਉਹਨਾਂ ਦਾ 40 ਰੁਪਏ ਦਾ ਗੇੜਾ ਬਣ ਜਾਂਦਾ, ਸਾਡਾ 10 ਦਾ ਬਣਦਾ, ਸਾਨੂੰ ਦੀ 20 ਰੁਪਏ ਸਵਾਰੀ ਦਿੰਦੀ ਨਹੀਂ, ਅਸੀਂ 4-4 ਘੰਟੇ ਦੇ ਮਸਾਂ 20 ਰੁਪਏ ਕਮਾਉਂਦੇ ਹਾਂ। ਪਰ ਵੋਟਾਂ ਵਾਲੇ ਤਾਂ ਰਿਕਸ਼ੇ 'ਤੇ ਬੜੀ ਸਿਆਸਤ ਹੁੰਦੀ ਆ, ਆਟੋ 'ਤੇ ਰਿਕਸ਼ੇ 'ਤੇ ਪਾਈਨਰ ਪੋਸਟਰ ਲੱਗਦੇ ਨੇ, ਬਾਅਦ 'ਚ ਪੁੱਛਦਾ ਕੋਈ? ਨਹੀਂ ਬਾਅਦ 'ਚ ਕਿਹੜਾ ਕੁਛ, ਕੋਈ ਨਹੀਂ ਪੁੱਛਦਾ, ਉਦੋਂ ਵੀ ਬੈਟਰੀ ਵਾਲਿਆਂ ਨੂੰ ਪੁੱਛਦੇ ਜ਼ਿਆਦਾ, ਰਿਕਸ਼ੇ ਵਾਲਿਆਂ ਨੂੰ ਘੱਟ ਡਿਮਾਂਡ ਹੁੰਦੀ ਹੈ, ਸਾਡੇ ਵਰਗਾ ਕੋਈ ਆ ਕੇ ਬੋਲਦਾ ਫਿਰ 2-4 ਰਿਕਸ਼ੇ ਲਾ ਲੈਂਦੇ ਆ, ਨਹੀਂ ਤਾਂ ਆਟੋ 'ਤੇ ਜਾਂ ਆਟੋ ਜਾਂ ਬੈਟਰੀ ਵਾਲੇ ਲਾਉਂਦੇ ਆ, ਉਹਨਾਂ ਨੂੰ ਐਂ ਹੁੰਦਾ ਕਿ ਸਾਡਾ ਪ੍ਰਚਾਰ ਨਹੀਂ ਕਰ ਸਕਦੇ, ਇਹ ਰਿਕਸ਼ਾ ਵਾਲਾ ਕਿੰਨੀ ਦੂਰ ਜਾਊਗਾ, ਨਹੀਂ ਜਾਊਗਾ, ਉਹ 100 ਕਿਲੋ 50 ਕਿਲੋਮੀਟਰ ਚੱਲੂਗਾ। ਕੰਮ ਕਿੰਨਾ ਪ੍ਰਭਾਵਿਤ ਹੋਇਆ, ਬੈਟਰੀ ਵਾਲੇ ਰਿਕਸ਼ੇ ਆ ਗਏ, ਡੀਜ਼ਲ ਪੈਟਰੋਲ ਵਾਲੇ ਆ ਗਏ, ਕੰਮ ਕਿੰਨਾ ਪ੍ਰਭਾਵਿਤ ਹੋ ਗਿਆ? ਕੰਮ ਤਾਂ ਮੈਂ ਕਹਿ ਰਿਹਾ 50% ਰਿਕਸ਼ੇ ਦਾ ਕੰਮ ਖਤਮ ਹੋ ਗਿਆ, 50% ਘੱਟੋ ਘੱਟ, ਹਰ ਇੱਕ ਗਰੀਬ ਬੰਦੇ ਦੇ ਘਰ 500 ਰੁਪਏ ਤੋਂ ਬਿਨਾਂ ਖਰਚਾ ਨਹੀਂ ਚੱਲਦਾ, ਚੁੱਲ੍ਹੇ ਸਿਲੰਡਰ ਦੁੱਧ ਵੁੱਧ ਲਾ ਲਾ 60 ਰੁਪਏ ਕਿਲੋ, ਸਭ ਚੀਜ਼ ਸਬਜ਼ੀ ਮਹਿੰਗੀ ਹੈ, ਕਿਸੇ ਦੇ ਘਰ 4-5 ਮੈਂਬਰ ਹੈਗੇ ਆ, 500 ਰੁਪਏ ਦਾ ਖਰਚਾ ਹੈਗਾ, ਜੇ ਤਾਂ ਉਹਦਾ 500 ਰੁਪਇਆ ਦਿਹਾੜੀ ਉਹਨੂੰ ਨਹੀਂ ਪੈਂਦੀ, 200 ਰੁਪਇਆ 100-200 ਕਮਾਉਂਦਾ, ਉਹਦੇ ਕਰਜ਼ੇ 'ਚ ਜਾ ਰਿਹਾ। ਪਰ ਉਹ ਰੁਜ਼ਗਾਰ ਕਿਵੇਂ ਚੱਲ ਰਿਹਾ, ਠੰਡ ਬਹੁਤ ਜ਼ਿਆਦਾ ਹੈ, 50 ਰੁਪਏ ਦਿਹਾੜੀ ਦੇ ਰਿਕਸ਼ਾ ਲੈ ਕੇ ਆਉਣੇ ਹੋ, ਫਿਰ ਰੋਟੀ ਕਿਵੇਂ ਬਣਦੀ? ਰੋਟੀ ਤਾਂ ਐਂ ਜੀ, ਤਾਂ ਕਿਤੇ ਲੰਗਰ ਭੰਡਾਰੇ ਚਲੇ ਜਾਂਦੇ ਆ, ਕੋਈ ਗੁਰਦੁਆਰੇ ਸਾਹਿਬ ਕੋਈ ਲੰਗਰ ਲਾਈ ਖੜਾ, ਕੋਈ ਕੁਛ ਕਰੀ ਜਾਂਦਾ, ਕੋਈ ਤੁਹਾਡੇ ਵਰਗਾ ਕੋਈ ਕੰਬਲ ਦੇ ਜਾਂਦਾ, ਕੋਈ 10 ਕਿਲੋ ਆਟਾ ਦੇ ਜਾਂਦਾ, ਵਿਚਾਰੇ ਦਾ ਰੁਜ਼ਗਾਰ ਚੱਲ ਰਿਹਾ, ਇਹ ਠੰਡ ਦੇ ਵਿੱਚ ਐਵੇਂ ਟਾਈਮ ਪਾਸ ਹੋ ਰਿਹਾ, ਬਾਕੀ ਗਰਮੀ ਦੇ ਵਿੱਚ 200-300 ਬੰਦਾ ਕਮਾਈ ਲੈਂਦਾ, ਇਹ ਠੰਡ ਦਾ ਜਿਹੜਾ 2 ਮਹੀਨੇ ਜਿਹੜੇ ਆਏ ਇਹ ਬੜੀ ਮੁਸ਼ਕਲ ਦਾ ਕੰਮ। ਬਿਲਕੁਲ, ਇਹ ਦਾਸਤਾਨ ਹੈ ਰਿਕਸ਼ਾ ਪੂਲਰਾਂ ਦੀ, ਰਿਕਸ਼ਾ ਚਾਲਕਾਂ ਦੀ। ਬਾਪੂ ਦਿੱਕਤ ਕਿੰਨੀ ਹੈ, ਠੰਡ ਬਹੁਤ ਜ਼ਿਆਦਾ ਹੈ, ਠੰਡ 'ਚ ਘਰੋਂ ਬਾਹਰ ਨਿਕਲਣਾ ਬਹੁਤ ਦਿੱਕਤ ਹੈ, ਉਸ ਤੋਂ ਬਾਅਦ ਕੰਮ ਕਾਜ ਨਾ ਮਿਲੇ? ਹਾਂਜੀ ਹਾਂਜੀ, ਕੰਮ ਤਾਂ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਫਿਰ 2 ਗੇੜੇ ਲੱਗ ਗਏ, 150 ਦਾ ਕੰਮ ਹੈ ਜ਼ਿਆਦਾ, ਇੰਨਾ ਹੀ ਕੰਮ। ਘਰੇ ਫਿਰ ਜਵਾਕ ਦਾ ਖਰਚਾ ਪਾਲਦੇ ਹੋਣਗੇ, ਉਹ ਤਾਂ ਕਹਿੰਦੇ ਹੋਣਗੇ ਵੀ ਕੀ ਲੈ ਕੇ ਆਏ? ਉਹ ਤਾਂ ਕਰਦਾ ਹੀ ਆ, ਰਲ ਮਿਲ ਕੇ ਕਿੰਨਾ ਹੁੰਦਾ, ਰਲ ਮਿਲ ਕੇ ਗੁਜ਼ਾਰਾ ਕਰੀ ਜਾਂਦੇ। ਔਖਾ ਕਿੰਨਾ ਹੁੰਦਾ ਮਾਣ ਫਿਰ? ਔਖੇ ਤਾਂ ਹੈਗੇ ਆ, ਫਿਰ ਹੁਣ ਲੇਬਰ ਵਾਲਾ ਬੰਦਾ ਤਾਂ ਔਖਾ ਹੀ। ਬਿਲਕੁਲ, ਇਹ ਰਿਕਸ਼ਾ ਚਾਲਕ ਨੇ, ਚਿਹਰੇ ਸਾਫ ਪੜੇ ਜਾ ਸਕਦੇ ਨੇ, ਖਾਲੀ ਰਿਕਸ਼ੇ ਨੇ, ਔਰ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਸਵਾਰੀਆਂ ਦੀ ਉਡੀਕ ਹੁੰਦੀ ਹੈ ਉਹ ਸਵਾਰੀਆਂ ਕਿਤੇ ਨਾ ਕਿਤੇ ਨਹੀਂ ਨਜ਼ਰ ਆ ਰਹੀਆਂ, ਦਿੱਕਤਾਂ ਦੇ ਨਾਲ 2-4 ਹੋ ਰਹੇ ਨੇ, ਕਿਉਂਕਿ ਠੰਡ ਬਠਿੰਡਾ 'ਚ ਬਹੁਤ ਜ਼ਿਆਦਾ ਹੈ, ਪਾਰਾ 5 ਡਿਗਰੀ ਤੋਂ ਥੱਲੇ ਪਹੁੰਚ ਗਿਆ। ਬਜ਼ੁਰਗੋ ਕਦੋਂ ਤੇ ਆਏ ਹੋ, ਕੋਈ ਬਣੀ ਹੋਈ ਹੈ ਕਿ ਨਹੀਂ ਹੋਈ? ਨਹੀਂ ਹੋਈ ਹੈ, ਆ ਕਰਕੇ ਤਾਂ ਬੈਠੇ ਹੈ, 8 ਵਜੇ ਤੋਂ ਪਹਿਲੇ ਆਏ, ਅਭੀ ਤੱਕ ਬੋਣੀ ਨਹੀਂ ਹੋਈ, ਵਾਹੇ ਬੈਠੇ। ਦਿੱਕਤ ਕਿੰਨੀ ਆ ਰਹੀ ਹੈ, ਕਿਰਾਏ 'ਤੇ ਰਿਕਸ਼ਾ ਹੈ ਜਾਂ ਕਿਸ ਤਰ੍ਹਾਂ ਕਰ ਰਹੇ ਹੋ? ਕਿਰਾਏ 'ਤੇ ਰਿਕਸ਼ਾ ਹੈ, 50 ਰੁਪਇਆ ਲੈਂਦੇ ਹੈ, ਸ਼ਾਮ ਕੋ ਆ ਕਰਕੇ ਕਹਿੰਦੇ ਪੈਸੇ ਲਿਆਓ, 100-150 ਰੁਪਇਆ ਕਮਾਤੇ ਹੈ, ਬੱਚੇ ਕੇ ਸਾਗ ਸਬਜ਼ੀ ਵੀ ਨਹੀਂ ਕੁੜੇ ਹੋ, ਕਿਆ ਕਰੋ। ਕਿੱਥੋਂ ਰਹਿਣ ਵਾਲੇ ਹੋ, ਕਿੰਨਾ ਟਾਈਮ ਹੋ ਗਿਆ ਪੰਜਾਬ ਆਏ? ਟਾਈਮ ਤਾਂ ਬਹੁਤ ਦੇਰ ਹੋ ਗਿਆ, ਮੈਂ ਤਾਂ ਆਏ ਤੇ 80-82 ਮੈਂ ਆਏ। ਕਿਹੜੀ ਜਗ੍ਹਾ ਤੋਂ? ਬਿਹਾਰ ਤੋਂ। ਬਿਹਾਰ ਤੋਂ, ਪਰ ਪੂਰੇ ਸਰਦਾਰ ਲੱਗ ਰਹੇ ਹੋ, ਦਾੜੀ ਰੱਖੀ ਹੋਈ ਹੈ, ਪਰ ਨਾ ਮੰਨਿਆ ਪੱਗ ਬੰਨੀ ਹੋਈ ਹੈ? ਬੰਨੀ ਪਈ ਹੈ, ਤਾਂ ਕਰਕੇ ਸਭ ਲੋਕ ਸੇਵਾ ਮੈਂ ਲੱਗੇ ਹੋ, ਨਹੀਂ ਅਗਰ ਕਰੂੰਗਾ ਇਤਨਾ ਵਿਵਸਥਾ ਤਾਂ ਫਿਰ ਕੋਈ ਮਾਨ ਸਮਾਨ ਨਹੀਂ ਦਿੱਤੇ। ਬਿਲਕੁਲ, ਦਿੱਕਤਾਂ ਨੇ, ਹੋਰ ਲੋਕਾਂ ਨਾਲ ਗੱਲ ਕਰਦੇ ਹਾਂ। ਬਾਪੂ ਦਿੱਕਤ ਕਿੰਨੀ ਆ ਰਹੀ ਹੈ, ਠੰਡ ਬਹੁਤ ਵੱਧ ਗਈ ਹੈ, ਉੱਪਰੋਂ ਸਵਾਰੀਆਂ ਦਾ ਮੰਦਾ ਹੈਗਾ, ਫਿਰ ਕਿਵੇਂ ਮੈਨੇਜ ਕਰਦੇ ਹੋ ਕਿਰਾਏ 'ਤੇ ਰਿਕਸ਼ੇ ਨੇ ਬਹੁਤ ਬੰਦੇ ਨੇ ਤਾਂ? ਬਹੁਤ ਬੁਰਾ ਹਾਲ ਹੈ ਜੀ, ਮਹਾ ਰੋਕ ਕੇ ਕਿਰਾਇਆ ਪੂਰਾ ਕੱਟਦੇ ਆ,
ਮਹਿੰਗਾਈ ਕਰੀ ਜਾਂਦੀ ਹੈ, ਗਰੀਬ ਆਦਮੀ ਜਮਾ ਮਾਰੀ ਜਾਂਦੀ ਸਰਕਾਰ। ਬਿਲਕੁਲ, ਇਹ ਰਕਸ਼ਾ ਚਾਲਕ ਨੇ ਜਿਨ੍ਹਾਂ ਦਾ ਦਰਦ ਕਿਤੇ ਨਾ ਕਿਤੇ ਬਿਆਨ ਕਰਦੇ ਨੇ, ਕਹਿ ਰਹੇ ਕਿ 50 ਰੁਪਏ ਤੇ ਰਿਕਸ਼ਾ ਚਲਾਉਂਦੇ ਆ ਔਰ 50 ਰੁਪਏ ਉਸਦਾ ਕਿਰਾਇਆ ਦੇਣਾ ਹੁੰਦਾ, ਪਰ ਸਵਾਰੀਆਂ ਨਾ ਹੋਣ ਕਰਕੇ ਕਈ ਵਾਰ ਖਾਲੀ ਹੱਥ ਲੈ ਕੇ ਘਰ ਪਹੁੰਚਣਾ ਪੈਂਦਾ ਔਰ ਕਿਤੇ ਨਾ ਕਿਤੇ ਠੰਡ ਦੀ ਮਾਰ ਹੈ ਉਹ ਇਹਨਾਂ ਰਿਕਸ਼ਾ ਚਾਲਕਾਂ 'ਤੇ ਵੀ ਨਜ਼ਰ ਆ ਰਹੀ ਹੈ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।